कोरोना दे संकट दे विच कांग्रेस पार्टी ने राष्ट्रीय चुंडा लैके केंद्र सरकार दे खिलाफ खूब रोस प्रदर्शन कीता। आओ देखदे हां पहला कुछ तस्वीरां। मोहाली दे विच कैबिनेट मंत्री बलवीर सिंह सिद्धू ने केंद्र सरकार ते कई गंभीर दोष लगाए ने। उन्होंने कहा कि असी केंद्र सरकार तो भीख नहीं मांग रहे, अपना हक मांग रहे हैं। केंद्र पंजाब नू GST दी बकाया राशि समेत आर्थिक पैकेज दा ऐलान कर प्रदेश अते आर्थिक संकट तो कढे। होर की कहना है उन्हां दा, आओ देखते हैं। ਇਹੋ ਜਿਹਾ ਸਲੂਕ ਕੀਤਾ ਜਾ ਰਿਹਾ ਜਿਸ ਤਰ੍ਹਾਂ ਅਸੀਂ ਕੋਈ ਸਾਡਾ ਸੂਬਾ ਹਿੰਦੁਸਤਾਨ ਦਾ ਪਾਰਟ ਨਾ ਹੋ, ਔਰ ਅਸੀਂ ਕੋਈ ਉਹਨਾਂ ਕੋਲੋਂ ਭੀਖ ਨਹੀਂ ਮੰਗ ਰਹੇ, ਅਸੀਂ ਉਹਨਾਂ ਕੋਲੋਂ ਆਪਣਾ ਜਿਹੜਾ ਹੱਕ ਮੰਗ ਰਹੇ ਹਾਂ ਵੀ ਜਿਹੜੇ ਸਾਡੇ ਏਰੀਅਰ ਨੇ ਸਾਡੇ ਏਰੀਅਰ ਨੂੰ ਰੋਕਿਆ ਗਿਆ ਜਾਂ ਸਾਡੀ ਜਿਹੜੀ ਮਦਦ ਕਰਨ ਲਈ ਗਿਆ ਸਾਡਾ ਆਪਣਾ ਪੈਸਾ ਵੀ ਜਿਹੜਾ ਕਿ ਸਾਨੂੰ ਸਾਡਾ ਪੈਸਾ ਦਿੱਤਾ ਜਾਵੇ ਪਲੱਸ ਜਿਹੜਾ 25,000 ਕਰੋੜ ਦਾ ਪੈਕੇਜ ਜਿਹੜਾ ਅੱਜ ਸਾਨੂੰ ਦੇਣ ਦਾ ਸਰਕਾਰ ਦਾ ਫਰਜ਼ ਮੰਗਦਾ। ਜੇ ਪੰਜਾਬ 53% ਫੂਡ ਪ੍ਰੋਸੈਸਿੰਗ ਕਰਦਾ ਤਾਂ ਉਹਦਾ ਕੋਈ ਮੁੱਲ ਨਹੀਂ। ਅਸੀਂ ਬੜਾ ਇਸ ਗੱਲ ਦੀ ਪਹਿਲੀ ਗੱਲ ਤਾਂ ਸਾਡੇ ਜਿਹੜੇ ਪਹਿਲਾਂ ਵਾਲੇ ਭਾਈ ਸਾਹਿਬ ਰੁਪਏ ਤੇ ਗਏ ਨੇ ਸਰਕਾਰਾਂ ਵਾਲੇ ਉਹ 2.5 ਲੱਖ ਕਰੋੜ ਰੁਪਏ ਦਾ ਕਰਜ਼ਾ ਛੱਡ ਗਏ ਔਰ 31,000 ਕਰੋੜ ਰੁਪਏ ਲਾਸਟ ਹੋ ਸਕਦਾ ਜਮ੍ਹਾਂ ਕਰਕੇ ਅਤੇ ਲੇਕਿਨ ਹੁਣ ਸੈਂਟਰ ਸਰਕਾਰ ਨੇ GST ਲਾਗੂ ਕਰਤਾ ਸੀ ਨੂੰ ਉਦੋਂ ਵੈਲਕਮ ਕੀਤਾ ਪਰ ਸਾਨੂੰ ਵੀ ਪਤਾ ਸਾਡਾ GST 'ਚ ਅੱਜ ਸਾਡੇ ਜਿੰਨੀ ਆਮਦਨ ਦੇ ਸਰੋਤ ਸੀਗੇ ਉਹ ਸਾਰੇ ਤਕਰੀਬਨ ਆਲਮੋਸਟ ਬੰਦ ਨੇ ਪੂਰੇ ਡੇਢ 2 ਮਹੀਨੇ ਤੋਂ। ਅਸੀਂ ਮਹਾਮਾਰੀਆਂ ਲੜ ਰਹੇ ਹਾਂ ਕਿ ਸਾਨੂੰ ਸਾਡੇ ਪੈਸੇ ਹੁਣ ਨਹੀਂ ਮਿਲਣਾ ਤਾਂ ਕਦੋਂ ਮਿਲਣਗੇ। ਜੇ ਇੱਕ ਵਰਕਰ ਨੂੰ ਅਸੀਂ ਤਕਰੀਬਨ ਜਿਹੜੇ ਲੋਕਾਂ ਨੇ ਫੈਕਟਰੀਆਂ ਵਾਲੇ ਨੇ ਆਪਣੇ ਵਰਕਰਾਂ ਨੂੰ ਵੀ ਤਨਖਾਹ ਦੇਤੀ ਚਾਹੇ ਕਿੱਥੋਂ ਵਧੀ ਲੱਗਦੇ ਨੇ, ਅਸੀਂ ਤਾਂ ਆਪਣਾ ਰਾਈਟ ਮੰਗਦੇ ਹਾਂ ਨਾ। ਦੂਜੀ ਗੱਲ ਇਹ ਹੈਗੀ ਕਿ ਜਦੋਂ ਪ੍ਰਕਾਸ਼ ਸਿੰਘ ਬਾਦਲ, ਪ੍ਰਕਾਸ਼ ਸਿੰਘ ਬਾਦਲ ਦਾ ਬੇਟਾ ਸੁਖਵੀਰ ਸਿੰਘ ਬਾਦਲ, ਉਹਨਾਂ ਦੀ ਡਾਕਟਰ ਦਾ ਹਰਸਿਮਰਤ ਬਾਦਲ, ਡਾਕਟਰ ਮਨਮੋਹਨ ਸਿੰਘ ਸਰਕਾਰ ਸੀ ਔਰ ਪਲੈਨਿੰਗ ਦਾ ਜਿਹੜਾ ਪੜਾ ਕੇ ਲੱਗਿਆ ਸੀ ਪ੍ਰਪੋਜ਼ਲ ਉਹ 5,000 ਕਰੋੜ ਦੀ ਸੀ, ਉਹਨੇ 5,100 ਕਰੋੜ ਰੁਪਇਆ ਦਿੱਤਾ ਕਿ ਪੈਸੇ ਫਾਲਤੂ ਦਿੱਤੇ ਉਹ ਸਾਨੂੰ ਤਾਂ ਹੁਣ ਸਾਡਾ ਵੀ ਨਹੀਂ ਮਿਲਿਆ। ਅਸੀਂ ਅੱਜ ਇਹ ਦੱਸਣਾ ਚਾਹੁੰਦੇ ਹਾਂ ਮੋਦੀ ਸਾਹਿਬ ਨੂੰ ਕਿ ਮੋਦੀ ਸਾਹਿਬ ਪੰਜਾਬ ਵੀ ਹਿੰਦੁਸਤਾਨ ਦਾ ਪਾਰਟ ਹੈਗਾ, ਹਿੰਦੁਸਤਾਨ ਦਾ ਹਿੱਸਾ ਹੈਗਾ। ਜਿੰਨੀਆਂ ਲੜਾਈਆਂ ਅੱਜ ਤੱਕ ਜੇ ਦੇਸ਼ ਆਜ਼ਾਦ ਹੋਇਆ ਤਾਂ 85 ਮਿੰਟ ਕਰਵਾਉਣੀਆਂ ਸਾਡੀਆਂ ਨੇ, ਅਤੇ ਜੇ ਦੇਸ਼ ਨੂੰ ਗ੍ਰੀਨ ਰੈਵੋਲਿਊਸ਼ਨ ਲੈ ਕੇ ਤਾਂ ਸਾਡੀਆਂ ਕਰਵਾਉਣੀਆਂ ਨੇ, ਅਤੇ ਜੇ ਫੌਜ ਨੇ 77 ਦੀ ਲੜਾਈ ਲੜੀ ਹੈ, 65 ਦੀ ਲੜੀ ਹੈ, 62 ਲੜਾਈ ਤਾਂ ਪੰਜਾਬ ਨੇ ਲੜੀ ਹੈ, ਅਤੇ ਜੇ ਟੈਰਰਿਜ਼ਮ ਰਿਹਾ ਤਾਂ ਪੰਜਾਬ ਦੇ ਲੋਕਾਂ ਨੇ ਭੁੱਖਿਆ, ਅਤੇ ਅੱਜ ਸਾਡੇ ਨਾਲ ਮੰਤਰੀ ਮਾਰਾ ਸੂਟ ਕੀਤਾ ਜਾਂਦਾ। ਬੀਜੇਪੀ ਵੀ ਅੱਜ ਜਿਹੜਾ ਵਰਤ ਰੱਖਿਆ ਹੋਇਆ ਬੀਜੇਪੀ ਦੇ ਨੇਤਾ ਨੇਤਾ ਨੇ, ਕੀ ਕਾਰਨ ਮੰਗਦੇ ਹੋ ਇਹਦਾ? ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਬੀਜੇਪੀ ਵਾਲਿਆਂ ਨੂੰ ਵਰਤ ਰੱਖਣ ਦੀ ਜ਼ਰੂਰਤ ਨਹੀਂ, ਜਾਂ ਅਕਾਲੀਆਂ ਨੂੰ ਵਰਤ ਰੱਖਣ ਦੀ ਜ਼ਰੂਰਤ ਨਹੀਂ। ਜਿਹੜੀ ਹਰਸਿਮਰਤ ਬੀਬਾ ਇੱਥੇ ਸੈਂਟਰ 'ਚ ਵਜ਼ੀਰ ਆ, ਸਾਰੇ ਇਕੱਠੇ ਹੋ ਕੇ ਜਾਣ ਮੋਦੀ ਦੇ ਬਾਅਦ 'ਚ ਬੈਠਣੇ, ਬਜਾਏ ਇੱਥੇ ਵਰਤ ਰੱਖਣ ਉਹਦੇ ਬਾਅਦ ਜਾ ਕੇ ਵਰਤ ਰੱਖਣ ਕਿ ਵੀ ਹਾਂ ਪੰਜਾਬ ਨੂੰ ਪੈਸਾ ਦਿਓ। ਅਸੀਂ ਇੱਥੇ ਇਲਾਜ ਕਰਨ ਵੇਲੇ ਇਹ ਨਹੀਂ ਦੇਖ ਲੈਂਦੇ ਵੀ ਅਕਾਲੀ ਦਲ ਦਾ ਵਰਕਰ ਹੈ, ਕਾਂਗਰਸ ਦਾ ਜਾਂ BSP ਦਾ ਜਾਂ ਆਪ ਪਾਰਟੀ ਦਾ, ਜਿਹੜਾ ਵੀ ਬੰਦਾ ਇਸ ਵੇਲੇ ਮਰੀਜ਼ ਹੈ, ਇਨਫੈਕਟਿਡ ਹੈ, ਅਸੀਂ ਉਹਦੀ ਹਰ ਇੱਕ ਮੰਗ ਦੀ ਮਦਦ ਕਰਦੇ ਹਾਂ। ਆਹ ਸਾਡੇ ਜਵਾਨ ਪੁਲਿਸ ਲੜ ਰਹੀ ਹੈ, ਡਾਕਟਰ ਲੜ ਰਹੇ ਨੇ, ਪੈਰਾਮੈਡੀਕਲ ਸਟਾਫ ਲੜ ਰਿਹਾ, ਪ੍ਰਸ਼ਾਸਨ ਲੜ ਰਿਹਾ, ਬੱਚਾ ਬੱਚਾ ਪੰਜਾਬ ਦਾ ਇਸ ਲੜਾਈ 'ਚ ਟੁੱਟਿਆ ਹੋਇਆ, ਅਤੇ ਅੱਜ ਉਹਨਾਂ ਦੀ ਲੜਾਈ ਉਹਨਾਂ ਦੀ ਕਰਵਾਈਆਂ ਉਹ ਮੁੰਮੀ ਪਾਇਆ ਜਾ ਰਿਹਾ। ਦੇਖੋ ਮੈਡਮ, ਐਡਾ ਵੱਡਾ ਲੜਾਈ ਲੜਨ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਵੱਡੀਆਂ ਨੇ, ਲੇਕਿਨ ਇਹ ਨਹੀਂ ਕਿ ਵੀ ਹਰ ਚੀਜ਼ ਪੂਰੀ ਹੋਵੇ, ਉਹਨੂੰ ਕੋਈ ਵੱਡੀ ਤੋਂ ਵੱਡੀ ਲੜਾਈ ਹੋ ਜਾਏ ਉਹਦੀ ਸਭ ਕਮੀਆਂ ਹੁੰਦੀਆਂ ਨੇ, ਪਰ ਜਿੰਨੀ ਸਿੱਧਤ ਦੇ ਨਾਲ ਅਸੀਂ ਲੜ ਰਹੇ ਹਾਂ ਸ਼ਾਇਦ ਹੋਰ ਕਿਸੇ ਸੂਬਾ ਨਾ ਲੱਗਿਆ ਹੋਵੇ। ਮੈਂ ਤੁਹਾਨੂੰ ਮੇਰੀ ਗੱਡੀ ਡਾਟਾ ਪਿਆ ਹੈਗਾ ਕਿ ਸਾਡਾ ਡਾਟਾ ਕੱਢ ਲਓ, ਗੁਜਰਾਤ ਦਾ ਕੱਢ ਲਓ, UP ਦਾ ਕੱਢ ਲਓ, MP ਦਾ ਕੱਢ ਲਓ, ਉਹਨਾਂ ਸਾਰਿਆਂ ਨਾਲੋਂ ਬਿਹਤਰ ਸਾਡਾ ਇਸ ਵੇਲੇ ਡਾਟਾ ਹੈਗਾ ਅਤੇ ਅਸੀਂ ਇਹਨਾਂ ਕੰਟਰੋਲ ਕੀਤਾ ਹੋਇਆ। ਹੁਣ ਤੁਹਾਡੇ ਸਾਹਮਣੇ ਅਸੀਂ ਬੱਸਾਂ ਭੇਜ ਕੇ ਸਾਰੇ ਬੰਦੇ ਸ਼ਰਧਾਲੂ ਲੈ ਕੇ ਆਏ ਹਾਂ। ਇਹ ਚੰਦੂ ਮਹਾਰਾਜ ਸਾਹਿਬ ਆ ਕੇ ਕਹਿੰਦੇ ਸ਼ਰਧਾਲੂ, ਜਿਹੜੇ ਲੋਕ
जिहड़े लोग अपने व्हीकलां राहीं टैक्सियां राहीं अखे जी बार्डर ते रुक के आउंदे उन्होंने पुछो जिथों हजूर साहब तो शुरू होंगे किन्ने स्टेटा राह जाने ने किन्ने बॉर्डर राह पैंदे ने उत्थे क्यों नहीं रुके हरियाणे च तां 50 रोड ज हैगी आपां एंटर करन वास्ते ਪੰਜਾਬ ਦੇ ਵਿੱਚ ਕਿ ਜੇ ਉਹ ਅਸੀਂ ਉਹ ਬੰਦਿਆਂ ਨੂੰ ਲੱਭ ਕੇ ਉਹਦਾ ਇਲਾਜ ਕਰਦਾ ਕੋਈ ਮਾੜੀ ਗੱਲ ਥੋੜ੍ਹਾ ਕਰ ਰਹੇ ਹਾਂ।